ਤੋਂ ਕਿਵੇਂ ਮਿਟਾਵਾਂਦੇ ਮੈਂ ਤੇਰਾ ਪਹਿਲਾ ਪਹਿਲਾ ਪਿਆਰ ਕਿਵੇਂ ਭੁੱਲ ਜਾਵਾਂਦੇ। ਚਮਕੀਲਾ ਜੀ ਦੇ ਗਾਣੇ ਸੁਣਨ ਨੂੰ ਮਿਲਦੇ ਨੇ, ਮਾਨਕ ਸਾਹਿਬ ਦੇ ਗਾਣੇ ਮਿਲਦੇ ਨੇ, ਅਮਲੇ ਜੱਟ ਦੇ ਮਿਲਦੇ ਨੇ, ਸੋ ਉਹ ਗਾਣੇ ਅੱਜ ਵੀ ਸਾਡੇ ਟਰੈਕਟਰਾਂ ਤੇ ਟਰਾਲੀਆਂ ਤੇ ਉਦਾਂ ਹੀ ਚੱਲਦੇ ਨੇ। ਜਦੋਂ 2017 ਚ ਮੇਰਾ ਪਹਿਲਾ ਡੈਬਿਊ ਟਰੈਕ ਆਇਆ ਸੀ ਐਜ਼ ਅ 뮤직 ਡਾਇਰੈਕਟਰ ਜੀ, ਮੇਰੇ ਬਹੁਤ ਹੀ ਅੱਛੇ ਦੋਸਤ, ਬਹੁਤ ਹੀ ਫਨਕਾਰ, ਮੇਰਾ ਦੋਸਤ ਸੋਨੂੰ ਸੁਰਜੀਤ, ਉਹਦਾ ਗਾਣਾ ਆਇਆ ਸੀ ਕੈਮ ਬੈਮ। ਤੇ ਕਦੇ ਤੁਸੀਂ ਇਹ ਨਹੀਂ ਸੋਚਿਆ ਕਿ ਐਜ਼ ਅ 뮤직 ਡਾਇਰੈਕਟਰ ਹੋਣ ਦੇ ਨਾਲ ਨਾਲ ਮੈਂ ਖੁਦ ਆਪਣੇ ਸੌਂਗ ਕਰਾਂ, ਮੈਂ ਐਜ਼ ਅ ਸਿੰਗਰ ਅੱਗੇ ਆਵਾਂ, ਇਹਦੇ ਬਾਰੇ ਕੋਈ ਤੁਹਾਡਾ ਕੀ ਵਿਚਾਰ ਹੈ? ਸਤਿ ਸ਼੍ਰੀ ਅਕਾਲ ਦੋਸਤੋ, ਤਾਜ ਵੀਡੀਓ ਸ਼ੂਟਿੰਗ ਚੈਨਲ ਦੇਖ ਰਹੇ ਮੇਰੇ ਸਾਰੇ ਸਰੋਤਿਆਂ ਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਅਤੇ ਮੈਂ ਜੋ ਹੁਣੇ ਤੱਕ ਤੁਹਾਡੇ ਸਾਹਮਣੇ ਵਜਾਉਣ ਲੱਗਿਆ, ਇਹ ਸਰਦਾਰ ਅਮਰ ਸਿੰਘ ਚਮਕੀਲਾ ਜੀ ਦੀ ਇੱਕ ਗੀਤ ਵਿੱਚੋਂ ਛੋਟਾ ਜਿਹਾ ਨਗਮਾ ਤੁਹਾਡੇ ਅੱਗੇ ਪੇਸ਼ ਕਰਦਾ। ਜਿਹੜੇ ਵੱਡੇ ਵੱਡੇ ਧਮਾਕੇ ਲੈ ਕੇ ਇੰਡਸਟਰੀ ਦੇ ਵਿੱਚ ਆ ਰਹੇ ਨੇ, ਤੇ ਸਭ ਤੋਂ ਪਹਿਲਾਂ ਤੁਹਾਨੂੰ ਰਿਕੁਐਸਟ ਹੈ ਸਾਰਿਆਂ ਨੂੰ ਕਿ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਰੈਡ ਬਟਨ ਜ਼ਰੂਰ ਦਬਾ ਦੇਣਾ। ਤੇ ਆਓ ਜੀ ਮਿਲਦੇ ਹਾਂ ਉਹਨਾਂ ਦੇ ਨਾਲ, ਕਰਦੇ ਹਾਂ ਗੱਲਬਾਤ। ਸਾਡੇ ਸਟੂਡੀਓ 'ਚ ਅੱਜ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਨੇ ਬਿੰਦੀ ਬਿੱਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਸਟੂਡੀਓ ਦੇ ਵਿੱਚ। ਸ਼ੁਕਰ ਸ਼ੁਕਰ, ਮੈਂ ਬਹੁਤ ਸ਼ੁਕਰਗੁਜ਼ਾਰ ਹਾਂ, ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਮੇਰੇ ਦਰਸ਼ਕਾਂ ਅੱਗੇ, ਮੇਰੇ ਸਰੋਤਿਆਂ ਅੱਗੇ ਮੈਨੂੰ ਰੂਬਰੂ ਕੀਤਾ, ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ। ਅਸੀਂ ਵੀ ਸ਼ੁਕਰੀਆ ਅਦਾ ਕਰਦੇ ਹਾਂ ਤੁਸੀਂ ਇੱਥੇ ਪਹੁੰਚੇ ਹੋ। ਅਤੇ ਸਭ ਤੋਂ ਪਹਿਲਾਂ ਜੀ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ 뮤직 ਦੇ ਫੀਲਡ ਵਿੱਚ ਕਿਵੇਂ ਆਏ? 뮤직 ਦੇ ਫੀਲਡ ਵਿੱਚ ਇੱਦਾਂ ਜੀ, ਮੇਰੇ ਫਾਦਰ ਸਾਹਿਬ ਬਹੁਤ ਅੱਛੇ ਸਿੰਗਰ ਨੇ ਜੀ, ਮੈਂ ਉਹਨਾਂ ਨੂੰ ਦੇਖ ਦੇਖ ਕੇ ਹੀ ਸਿੱਖਿਆ। ਜਦੋਂ ਉਹ ਘਰੇ ਰਿਆਜ਼ ਕਰਦੇ ਸੀ ਜਾਂ ਕੁਛ ਵੀ ਉਹਨਾਂ ਦੀ ਰਿਹਰਸਲਸ ਹੁੰਦੀਆਂ ਸੀਗੀਆਂ, ਮੈਂ ਉਹਨਾਂ ਨੂੰ ਦੇਖ ਦੇਖ ਕੇ ਬੜਾ ਮੈਂ ਪ੍ਰੇਰਿਤ ਹੋਇਆ ਅਤੇ ਮੈਂ ਆਪਣੇ ਆਪ ਨੂੰ ਸੋਚਿਆ ਕਿ ਮੈਂ ਵੀ ਇੱਦਾਂ ਦਾ ਕੁਛ ਕਰਾਂਗਾ ਜੀ। ਅਤੇ ਅਸੀਂ ਤੁਹਾਡੇ ਫਾਦਰ ਸਾਹਿਬ ਬਾਰੇ ਵੀ ਜਾਣਨਾ ਚਾਹੁੰਦੇ ਹਾਂ, ਤੁਸੀਂ ਕਿਹਨਾਂ ਦਾ ਜ਼ਿਕਰ ਕਰ ਰਹੇ ਹੋ? ਮੇਰੇ ਫਾਦਰ ਸਾਹਿਬ ਸ਼੍ਰੀ ਬਿੱਲ ਸਿੰਘ ਜੀ ਜੀ, ਯਾਦਾਂ ਤੇਰੀਆਂ ਫੇਮ, ਉਹਨਾਂ ਦਾ ਗੀਤ ਆਇਆ ਸੀ 2000 'ਚ, ਸਨ 2000 'ਚ, ਐਂਡ ਬਹੁਤ ਅੱਛੇ ਟਰੈਕ ਕੀਤੇ ਉਹਨਾਂ ਨੇ ਅਤੇ ਮੈਂ ਉਹਨਾਂ ਦੀ ਗੱਲ ਕਰ ਜੀ। ਅਸੀਂ ਵੀ ਉਹਨਾਂ ਦੇ ਬਹੁਤ ਫੈਨ ਹਾਂ, ਬਿੱਲ ਸਿੰਘ ਜੀ ਦੇ ਬੇਟੇ ਹੋ, ਮੈਨੂੰ ਹੁਣ ਪਤਾ ਲੱਗਿਆ, ਬਹੁਤ ਵਧੀਆ ਲੱਗਿਆ ਜਾਣ ਕੇ। ਉਹ ਤਾਂ ਇੱਕ ਬਹੁਤ ਵਧੀਆ ਫਨਕਾਰ ਨੇ, ਬਹੁਤ ਸੁਰੀਲੇ ਗਾਇਕ ਨੇ, ਜਿਹੜੇ ਬੜੇ ਵਧੀਆ ਸਿੰਗਰ ਨੇ, ਸੁਪਰ ਦੂਪਰ ਹਿੱਟ ਰਹੇ ਨੇ ਉਹਨਾਂ ਦੇ ਗਾਣੇ। ਯਾਦਾਂ ਤੇਰੀਆਂ ਬਹੁਤ ਚੱਲਿਆ ਸੀਗਾ ਕਿਸੇ ਸਮੇਂ ਉਹ ਗਾਣਾ, ਅਤੇ ਅੱਜ ਵੀ ਲੋਕ ਬੜੇ ਪਿਆਰ ਨਾਲ ਉਹਨਾਂ ਦੇ ਗਾਣੇ ਸੁਣ ਰਹੇ ਨੇ, ਅਤੇ ਅਸੀਂ ਵੀ ਤੁਹਾਡੇ ਤੋਂ ਉਹਨਾਂ ਦੇ ਗਾਣੇ ਸੁਣਾਂਗੇ। ਖੈਰ, ਉਸ ਤੋਂ ਪਹਿਲਾਂ ਮੇਰਾ ਇੱਕ ਹੋਰ ਸਵਾਲ ਕਿ 뮤직 ਐਜ਼ ਏ 뮤직 ਡਾਇਰੈਕਟਰ, ਤੁਹਾਡੇ ਕਿਹੜੇ ਕਿਹੜੇ ਸਿੰਗਰਸ ਨੇ ਗਾਣਿਆਂ ਦੇ ਵਿੱਚ 뮤직 ਲਿੱਤਾ, ਤੁਸੀਂ ਥੋੜ੍ਹਾ ਉਹਦਾ ਜ਼ਿਕਰ ਸਾਨੂੰ ਜ਼ਰੂਰ ਕਰੋ। 2017 'ਚ ਮੇਰਾ ਪਹਿਲਾ ਡੈਬਿਊ ਟਰੈਕ ਆਇਆ ਸੀ ਐਜ਼ ਅ 뮤직 ਡਾਇਰੈਕਟਰ ਜੀ, ਉਹ ਮੈਂ ਕੀਤਾ ਸੀਗਾ, ਮੇਰਾ ਬਹੁਤ ਹੀ ਅੱਛਾ ਮੇਰਾ ਦੋਸਤ ਅਤੇ ਬਹੁਤ ਹੀ ਫਨਕਾਰ ਸਿੰਗਰ ਹੈ ਸੋਨੂੰ ਸੁਰਜੀਤ, ਉਹਦਾ ਗਾਣਾ ਕੀਤਾ ਸੀਗਾ ਮੈਂ।
ਉਹਦੇ ਗਾਣੇ ਸੀ ਕੈਮ ਵਹਿਮ ਗਾਣਾ ਸੀਗਾ 2017 'ਚ ਆਇਆ ਸੀਗਾ ਉਹਦਾ ਮੈਂ ਪਹਿਲਾਂ ਕੀਤਾ ਡੈਬਿਊ ਸੀਗਾ ਮੇਰਾ ਅਤੇ ਉਸ ਤੋਂ ਬਾਅਦ ਮੈਂ ਆਪਣੇ ਪਾਪਾ ਦਾ ਹੀ ਗੀਤ ਕੀਤਾ ਫਿਰ ਮੈਂ ਫਸਟ ਲਵ ਅਤੇ ਉਸ ਤੋਂ ਬਾਅਦ ਅੱਗੇ ਅੱਗੇ ਮੈਂ ਕਰ ਰਿਹਾ ਹੋਰ ਜ਼ਿਆਦਾਤਰ ਮੈਂ ਆਪਣੇ ਪਾਪਾ ਦਾ ਹੀ ਕਰਦਾ ਹੁਣ ਅਤੇ ਮੈਂ ਜਾਣਨਾ ਚਾਹੁੰਦੀ ਹਾਂ ਤੁਹਾਡੇ ਤੋਂ ਕਿ ਤੁਸੀਂ ਕਿਹੜੇ ਕਿਹੜੇ ਸਿੰਗਰ ਨੇ ਜਿਨ੍ਹਾਂ ਦੇ ਨਾਲ ਐਜ਼ ਏ ਮਿਊਜ਼ਿਕ ਡਾਇਰੈਕਟਰ ਕੰਮ ਕਰ ਚੁੱਕੇ ਹੋ ਜੀ 2017 'ਚ ਮੇਰਾ ਪਹਿਲੇ ਡੈਬਿਊ ਟਰੈਕ ਆਇਆ ਸੀ ਐਜ਼ ਆ ਮਿਊਜ਼ਿਕ ਡਾਇਰੈਕਟਰ ਜੀ ਮੇਰੇ ਬਹੁਤ ਹੀ ਅੱਛੇ ਦੋਸਤ ਬਹੁਤ ਹੀ ਫਨਕਾਰ ਮੇਰਾ ਦੋਸਤ ਸੋਨੂੰ ਸੁਰਜੀਤ ਉਹਦਾ ਗਾਣਾ ਆਇਆ ਸੀ ਕੈਮ ਵਹਿਮ ਉਹਦੇ ਵਿੱਚ ਮੈਂ ਕੀਤਾ ਸੀ ਆਪਣਾ ਮਿਊਜ਼ਿਕ ਜੋ ਮੇਰਾ ਪਹਿਲਾ ਡੈਬਿਊ ਟਰੈਕ ਸੀ ਉਸ ਤੋਂ ਬਾਅਦ ਮੈਂ ਆਪਣੇ ਫਾਦਰ ਸਾਹਿਬ ਦੇ ਸੌਂਗ ਕੀਤਾ ਫਸਟ ਲਵ ਜੀ ਹਾਂ ਉਹਦੇ ਵਿੱਚ ਮੇਰਾ ਆਪਣਾ ਮਿਊਜ਼ਿਕ ਸੀਗਾ ਬਹੁਤ ਅੱਛਾ ਰਬਾਬ ਮਿਊਜ਼ਿਕ ਪ੍ਰੋਡਕਸ਼ਨ ਤੋਂ ਉਹ ਹੋਇਆ ਸੀਗਾ ਤੇਰੇ ਇੱਕ ਇੱਕ ਬੋਲ ਨੂੰ ਮੈਂ ਕਿਵੇਂ ਦਿਲ ਚੋਂ ਭੁਲਾਵਾਂ ਆਏ ਚੁੱਕੋ ਦੇ ਲਿਰਿਕਸ ਹੈ ਹਨਾ ਤੇ ਅਗਲਾ ਸਵਾਲ ਹੈ ਜੀ ਮੇਰਾ ਕਿ ਜਿੰਨੇ ਤੁਸੀਂ ਐਜ਼ ਏ ਮਿਊਜ਼ਿਕ ਡਾਇਰੈਕਟਰ ਗਾਣੇ ਕੀਤੇ ਨੇ ਉਹਨਾਂ ਦੇ ਵਿੱਚੋਂ ਤੁਹਾਨੂੰ ਪਰਸਨਲੀ ਕਿਹੜਾ ਗਾਣਾ ਜਿਹੜਾ ਸਭ ਤੋਂ ਜ਼ਿਆਦਾ ਟੱਚ ਕਰਦਾ ਉਹਦੇ ਦੋ ਬੋਲ ਅਸੀਂ ਤੁਹਾਡੇ ਤੋਂ ਸੁਣਨਾ ਚਾਹਾਂਗੇ ਦੇਖੋ ਕੋਕਰ ਨੂੰ ਤਾਂ ਆਪਣੇ ਸਾਰੇ ਬੱਚੇ ਪਿਆਰੇ ਹੁੰਦੇ ਆ ਇਹ ਤਾਂ ਹੈ ਅਤੇ ਇੱਕ ਹੈ ਮੇਰਾ ਮਨਪਸੰਦ ਮੇਰਾ ਗੀਤ ਹੈਗਾ ਜੀ ਮੇਰੇ ਫਾਦਰ ਸਾਹਿਬ ਦਾ ਹੀ ਹੈ ਇਹ ਜੋ ਤੁਸੀਂ ਹੁਣ ਜ਼ਿਕਰ ਕੀਤਾ ਸੀ ਜੀ ਓ ਤੇਰਾ ਇੱਕ ਇੱਕ ਬੋਲ ਮੈਂ ਦਿਲ ਤੋਂ ਕਿਵੇਂ ਮਿਟਾਵਾਂ ਵੇ ਇੱਕ ਇੱਕ ਬੋਲ ਮੈਂ ਦਿਲ ਤੋਂ ਕਿਵੇਂ ਮਿਟਾਵਾਂ ਵੇ ਮੈਂ ਤੇਰਾ ਪਹਿਲਾ ਪਹਿਲਾ ਪਿਆਰ ਕਿਵੇਂ ਭੁੱਲ ਜਾਵਾਂ ਵੇ ਮੈਂ ਤੇਰਾ ਪਹਿਲਾ ਪਹਿਲਾ ਪਿਆਰ ਕਿਵੇਂ ਭੁੱਲ ਜਾਵਾਂ ਵੇ ਵਾਹ ਜੀ ਵਾਹ ਤੁਸੀਂ ਜਿੰਨੇ ਵਧੀਆ ਮਿਊਜ਼ਿਕ ਡਾਇਰੈਕਟਰ ਹੋ ਓਨੀ ਵਧੀਆ ਤੁਹਾਡੀ ਵੋਕਲ ਹੈ ਅਤੇ ਕਦੇ ਤੁਸੀਂ ਇਹ ਨਹੀਂ ਸੋਚਿਆ ਕਿ ਐਜ਼ ਏ ਮਿਊਜ਼ਿਕ ਡਾਇਰੈਕਟਰ ਹੋਣ ਦੇ ਨਾਲ ਨਾਲ ਮੈਂ ਖੁਦ ਆਪਣੇ ਸੌਂਗ ਕਰਾਂ ਮੈਂ ਐਜ਼ ਏ ਸਿੰਗਰ ਅੱਗੇ ਆਵਾਂ ਇਹਦੇ ਬਾਰੇ ਕੋਈ ਤੁਹਾਡਾ ਕੀ ਵਿਚਾਰ ਹੈ ਨਹੀਂ ਹਾਲੇ ਤੱਕ ਤਾਂ ਮੈਂ ਨਹੀਂ ਸੋਚਿਆ ਸੀਗਾ ਜੀ ਤੁਸੀਂ ਕਿਹਾ ਕਿ ਬਹੁਤ ਸੋਹਣੇ ਸਿੰਗਰ ਤਾਂ ਮੈਂ ਅੱਗੇ ਵਿਚਾਰ ਕਰ ਸਕਦਾ ਇਹਦਾ ਮਤਲਬ ਕਿ ਜੇ ਕੱਲ੍ਹ ਤੁਸੀਂ ਮਾਰਕੀਟ ਦੇ ਵਿੱਚ ਐਜ਼ ਏ ਸਿੰਗਰ ਆਉਂਦੇ ਹੋ ਇਹਦਾ ਮਤਲਬ ਉਹਦੇ ਪਿੱਛੇ ਸਭ ਤੋਂ ਵੱਡਾ ਮੈਨੂੰ ਲੱਗਦਾ ਮੇਰਾ ਹੱਥ ਹੋਊਗਾ ਕਿਉਂਕਿ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਤੁਸੀਂ ਐਜ਼ ਏ ਸਿੰਗਰ ਅੱਗੇ ਆਓ ਜੀ 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 ਅਤੇ ਨਾਲ ਹੀ ਨਾਲ ਮੈਂ ਤੁਹਾਡੇ ਤੋਂ ਹੁਣ ਜਾਣਨਾ ਚਾਹੁੰਦੀ ਹਾਂ ਅਤੇ ਐਜ਼ ਏ ਮਿਊਜ਼ਿਕ ਡਾਇਰੈਕਟਰ ਵੀ ਅਸੀਂ ਤੁਹਾਡੇ ਲਈ ਤੁਹਾਡੇ ਬਾਰੇ ਕਾਫੀ ਕੁਛ ਜਾਣ ਚੁੱਕੇ ਹਾਂ ਅਤੇ ਐਜ਼ ਏ ਸਿੰਗਰ ਵੀ ਸਾਨੂੰ ਵਧੀਆ ਲੱਗਿਆ ਅਤੇ ਹੁਣ ਮੇਰੇ ਦਿਲ 'ਚ ਇੱਕ ਸਵਾਲ ਆ ਰਿਹਾ ਕਿ ਅਸੀਂ ਤੁਹਾਡੀ ਸਟੱਡੀ ਬਾਰੇ ਵੀ ਥੋੜ੍ਹਾ ਜਿਹਾ ਜਾਣੀਏ ਕਿ ਤੁਸੀਂ ਕੀ ਕੀਤਾ ਹੋਇਆ ਅਤੇ ਕੀ ਕਰ ਰਹੇ ਹੋਗੇ ਕੀ ਕਰਨਾ ਚਾਹੁੰਦੇ ਹੋ ਥੋੜ੍ਹਾ ਜਿਹਾ ਮੈਂ ਪਲੱਸ ਟੂ ਕੀਤੀ ਹੈ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਤੋਂ ਜੀ ਦੈਨ ਫਿਰ ਮੈਂ ਗ੍ਰੈਜੂਏਸ਼ਨ ਪੂਰੀ ਕੀਤੀ ਹੈ 6 ਫੇਸ ਕਾਲਜ ਸਰਕਾਰੀ ਕਾਲਜ ਤੋਂ ਜੀ ਅਤੇ ਉਸ ਤੋਂ ਬਾਅਦ ਪੜ੍ਹਨ ਦਾ ਸੋ ਬਣੇ ਗ੍ਰੈਜੂਏਸ਼ਨ ਤੋਂ ਬਾਅਦ ਬਿਕੋਜ਼ ਫਿਰ ਆਪਣੇ ਕੰਮਾਂ ਕਾਰਾਂ ਤੋਂ ਸੀਗੇ ਅਤੇ ਇੱਕ ਗੱਲ ਹੋਰ ਕਿ ਤੁਸੀਂ ਐਜ਼ ਏ ਮਿਊਜ਼ਿਕ ਡਾਇਰੈਕਟਰ ਕਿਸ ਟਾਈਪ ਦਾ ਮਿਊਜ਼ਿਕ ਕਰਨਾ ਜ਼ਿਆਦਾ ਪਸੰਦ ਕਰ ਰਹੇ ਹੋ ਕਿਸ ਕਿਸ ਟਾਈਪ ਦਾ ਜਿਹੜਾ ਤੁਸੀਂ ਮਿਊਜ਼ਿਕ ਕਰਦੇ ਹੋ ਜਿਵੇਂ ਤੁਹਾਡਾ ਸਵਾਲ ਹੈ ਜੀ ਤਾਂ ਮੈਂ ਇਹ ਗੱਲ ਕਹਿਣਾ ਚਾਹਾਂਗੀ ਜੋ ਆਪਣਾ ਪੰਜਾਬੀ ਸੱਭਿਆਚਾਰ ਹੈ ਜੋ ਹੁੰਦਾ ਸੀ ਮਿਊਜ਼ਿਕ ਪਹਿਲੇ ਹੁੰਦਾ ਸੀਗਾ ਮਿਊਜ਼ਿਕ ਉਸ ਚੀਜ਼ ਲੋਕ ਅੱਜ ਕੱਲ੍ਹ ਬਹੁਤ ਹੱਦ ਤੱਕ ਭੁੱਲ ਚੁੱਕੇ ਹਨ ਅੱਜ ਦਾ ਜਿਹੜਾ ਦੌਰ ਹੈ ਅੱਜ ਨਵਾਂ ਮਿਊਜ਼ਿਕ ਅਲੱਗ ਅਲੱਗ ਵਰਾਇਟੀਜ਼ ਹੈ ਨਾ ਅਤੇ ਇਸ ਚੀਜ਼ ਨੂੰ ਜ਼ਿਆਦਾ ਲੋਕ ਅੱਗੇ ਲੈ ਕੇ ਆ ਰਹੇ ਹਨ ਤਾਂ ਮੈਂ ਵੀ ਉੱਦਾਂ ਦੇ ਮਿਊਜ਼ਿਕ ਕਰਨਾ ਪਸੰਦ ਕਰਾਂਗਾ ਬਟ ਮੈਂ ਨਾਲ ਇਹ ਵੀ ਕਹਾਂਗਾ ਕਿ ਆਪਣਾ ਪੰਜਾਬੀ ਸੱਭਿਆਚਾਰ ਨਾ ਭੁੱਲੋ ਉਸ ਚੀਜ਼ ਨੂੰ ਯਾਦ ਰੱਖੋ ਅਤੇ ਜਿੱਦਾਂ ਤੁਸੀਂ ਹੁਣ ਇਹ ਗੱਲ ਕੀਤੀ ਆ ਕਿ ਅੱਜ ਦਾ ਜਿਹੜਾ ਸਾਡਾ ਯੂਥ ਹੈ ਨਵੀਂ ਜਨਰੇਸ਼ਨ ਹੈ ਉਹ ਇੱਕ ਨਵੇਂ ਟਾਈਪ ਦਾ ਜਿਹੜਾ ਹੈ ਮਿਊਜ਼ਿਕ ਸੁਣਨ ਦੀ ਆਦੀ ਹੋ ਚੁੱਕੀ ਆ ਉਹ ਕੁਛ ਹਰ ਰੋਜ਼ ਜਿਹੜਾ ਨਵਾਂ ਹੀ ਸੁਣਨਾ ਪਸੰਦ ਕਰਦੀ ਆ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ
ਕਿ ਜੋ ਸਾਡੇ ਤੋਂ ਪਬਲਿਕ ਡਿਮਾਂਡ ਕਰਦੀ ਹੈ ਸਾਨੂੰ ਉੱਦਾਂ ਦਾ ਮਿਊਜ਼ਿਕ ਕਰਨਾ ਪੈਂਦਾ, ਲੇਕਿਨ ਜਿਹੜੀ ਸਾਡੇ ਸੱਭਿਆਚਾਰ ਦੀ ਗੱਲ ਹੈ ਉਹ ਜਿਹੜਾ ਸਾਡਾ ਵਿਰਸਾ ਹੈ ਕਾਫੀ ਹੱਦ ਤੱਕ ਪਿੰਡਾਂ ਨੇ ਸਾਂਭ ਕੇ ਰੱਖਿਆ। ਸਾਡੇ ਪਿੰਡਾਂ ਦੇ ਵਿੱਚ ਅੱਜ ਵੀ ਚਮਕੀਲਾ ਜੀ ਦੇ ਗਾਣੇ ਸੁਣਨ ਨੂੰ ਮਿਲਦੇ ਨੇ, ਮਾਲਕ ਸਾਹਿਬ ਦੇ ਗਾਣੇ ਮਿਲਦੇ ਨੇ, ਅਮਲੇ ਜੱਟ ਦੇ ਮਿਲਦੇ ਨੇ। ਸੋ ਉਹ ਗਾਣੇ ਅੱਜ ਵੀ ਸਾਡੇ ਟਰੈਕਟਰਾਂ ਅਤੇ ਟਰਾਲੀਆਂ 'ਤੇ ਉੱਦਾਂ ਹੀ ਚੱਲਦੇ ਨੇ ਜਦੋਂ ਸਾਡੇ ਲੋਕ ਖੇਤਾਂ 'ਚ ਕੰਮ ਕਰਦੇ ਨੇ। ਮੈਂ ਅੱਜ ਵੀ ਸੁਣਦੀ ਹਾਂ, ਕਈ ਵਾਰੀ ਅਸੀਂ ਜਾਂਦੇ ਹਾਂ ਤਾਂ ਉਹੀ ਗਾਣੇ ਤਕਰੀਬਨ ਸਾਨੂੰ ਸੁਣਨ ਨੂੰ ਮਿਲਦੇ ਨੇ, ਅਤੇ ਕਾਫੀ ਹੱਦ ਤੱਕ ਸਾਡੇ ਜਿਹੜੇ ਟਰੱਕਾਂ ਵਾਲੇ ਨੇ ਉਹ ਵੀ ਇਹਨਾਂ ਨੂੰ ਕਾਫੀ ਪ੍ਰਮੋਟ ਕਰਦੇ ਨੇ ਗਾਣੇ। ਅਤੇ ਹੁਣ ਆਪਾਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਲੇਟੈਸਟ ਕੀ ਕਰਦੇ ਹੋ ਮਾਰਕੀਟ ਦੇ ਵਿੱਚ। ਮੇਰੇ ਤਰਫ ਬਹੁਤ ਕੁਛ ਨਵਾਂ ਆ ਰਿਹਾ ਜੀ। ਜੀ ਦੋ ਤਿੰਨ ਟਰੈਕ ਰੈਡੀ ਹੋ ਗਏ, ਮੇਰੇ ਫਾਦਰ ਸਾਹਿਬ ਵੀ ਕਰ ਰਹੇ ਨਾ, ਅਤੇ ਬਹੁਤ ਜਲਦ ਮੈਂ ਤੁਹਾਡੇ ਅੱਗੇ ਜਿਹੜੀ ਪੇਸ਼ ਕਰਾਂਗੇ ਆਪਾਂ ਬਹੁਤ ਜਲਦ। ਵੇਟ ਐਂਡ ਵਾਚ। ਅਸੀਂ ਵੀ ਚਾਹੁੰਦੇ ਹਾਂ ਤੁਸੀਂ ਜਲਦੀ ਜਲਦੀ ਨਵੇਂ ਨਵੇਂ ਟਰੈਕ ਸਾਨੂੰ ਮਾਰਕੀਟ ਦੇ ਵਿੱਚ ਦਿਓ, ਅਤੇ ਸਾਰਿਆਂ ਨੂੰ ਮੇਰੀ ਰਿਕੁਐਸਟ ਵੀ ਹੈ ਕਿ ਜੀ ਵੱਧ ਤੋਂ ਵੱਧ ਸਪੋਰਟ ਕਰਨਾ ਇਹਨਾਂ ਦੇ ਟਰੈਕਸ ਨੂੰ, ਅਤੇ ਇਹ ਇੰਟਰਵਿਊ ਦੇਖ ਕੇ ਵੀ ਤੁਸੀਂ ਸਾਨੂੰ ਵੱਧ ਤੋਂ ਵੱਧ ਕਮੈਂਟ ਅਤੇ ਲਾਈਕਸ ਜ਼ਰੂਰ ਦੇਣੇ ਨੇ। ਜੋ ਵੀ ਤੁਹਾਨੂੰ ਕਮਿਊਨੀਕੇਸ਼ਨ ਲੱਗੀ ਉਹ ਵੀ ਤੁਸੀਂ ਸਾਨੂੰ ਜ਼ਰੂਰ ਲਿਖ ਕੇ ਦੱਸਦੇ ਰਿਹਾ ਕਰੋ। ਤੁਸੀਂ ਇੱਕ ਬਹੁਤ ਵੱਡੇ ਸਿੰਗਰ ਦੇ ਬੇਟੇ ਹੋ, ਅਤੇ ਅਸੀਂ ਵੀ ਚਾਹੁੰਦੇ ਹਾਂ ਜਿਵੇਂ ਤੁਹਾਡੇ ਪਾਪਾ ਨੇ ਨਾਮ ਕਮਾਇਆ ਇਸ ਫੀਲਡ ਦੇ ਵਿੱਚ, ਤੁਸੀਂ ਵੀ ਬਹੁਤ ਬੁਲੰਦੀਆਂ ਤੱਕ ਜਾਓ, ਬਹੁਤ ਵਧੀਆ ਵਧੀਆ ਟਰੈਕ ਹੈ ਜਿਹੜੇ ਮਾਰਕੀਟ ਦੇ ਵਿੱਚ ਲੈ ਕੇ ਆਓ, ਅਤੇ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ ਹੋ, ਉਹਦੇ ਲਈ ਅਸੀਂ ਤਹਿ ਦਿਲੋਂ ਧੰਨਵਾਦ ਹਾਂ ਤੁਹਾਡੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਜਿੰਨੇ ਵੀ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ ਸਾਰਿਆਂ ਨੂੰ ਮੇਰੀ ਰਿਕੁਐਸਟ ਹੈ ਜੀ, ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਡਾ ਵੀਡੀਓ ਜ਼ਰੂਰ ਵਾਚ ਕਰਿਆ ਕਰੋ, ਅਤੇ ਨਾਲੇ ਕਮੈਂਟਸ ਵੀ ਕਰਦੇ ਰਿਹਾ ਕਰੋ, ਸ਼ੇਅਰ ਕਰਿਆ ਕਰੋ। ਅਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਾਰੇ ਜਣੇ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਤੇ ਰੈੱਡ ਬਟਨ ਜ਼ਰੂਰ ਦਬਾ ਦੇਣਾ। ਥੈਂਕ ਯੂ ਸੋ ਮੱਚ। ਸਤਿ ਸ਼੍ਰੀ ਅਕਾਲ।